ਤੁਸੀਂ ਵੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼, ਸੱਚਾਈ ਦੀ ਤਾਕਤ। ਸਤਿ ਸ਼੍ਰੀ ਅਕਾਲ, ਲਿਵਿੰਗ ਇੰਡੀਆ ਨਿਊਜ਼ ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਜੀ ਆਇਆਂ। ਮੈਂ ਹਾਂ ਨਵਨੀਤ ਸਿੰਘ ਵਧਵਾ। ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਦਾ ਅੱਧਾ ਸਮਾਂ ਯਾਨੀ ਕਿ 2.5 ਸਾਲ ਪੂਰਾ ਹੋ ਚੁੱਕਿਆ ਹੈ। ਕਈ ਵਾਅਦੇ ਸੀ, ਉਹ ਵਾਅਦੇ ਕਿੰਨੇ ਕੁ ਪੂਰੇ ਹੋਏ? ਜਿਹੜੀ ਵਿਰੋਧੀ ਧਿਰ ਹੈ ਉਹ ਵਾਅਦਿਆਂ ਨੂੰ ਪੂਰਾ ਕਰਾਉਣ ਦੇ ਲਈ ਜਾਂ ਸਰਕਾਰ 'ਤੇ ਦਬਾਅ ਪਾਉਣ ਦੇ ਲਈ ਕਿੰਨੀ ਕੁ ਕਾਮਯਾਬ ਹੋਈ ਹੈ? ਅੱਜ ਗੱਲ ਕਰਾਂਗੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਮਾਨ ਸਾਹਿਬ ਹੈਗੇ, ਭਗਵੰਤ ਮਾਨ ਸਾਹਿਬ। ਮਾਨ ਸਾਹਿਬ ਜੀ ਆਇਆ, ਬਹੁਤ ਬਹੁਤ। 2.5 ਸਾਲ ਸਰਕਾਰ ਦਾ ਹੋ ਗਿਆ ਜੀ, ਅੱਧਾ ਸਮਾਂ। ਕਿਹਾ ਜਾਂਦਾ ਕਿ ਅੱਧੀ ਚਾਲ ਤੋਂ ਪਤਾ ਲੱਗ ਜਾਂਦਾ ਹੈ ਕਿ ਜੀ ਚਾਲ ਅੱਗੇ ਹੋਰ ਕਿਵੇਂ ਰਹੇਗੀ। ਕੀ ਲੱਗ ਰਿਹਾ ਤੁਹਾਨੂੰ ਅਗਲੇ 2.5 ਸਾਲ ਜੋ ਵਾਅਦੇ ਦਾਅਵੇ ਸਰਕਾਰ ਵੱਲੋਂ ਕੀਤੇ ਗਏ ਸੀ, ਉਹਨਾਂ ਸਾਰੇ ਵਾਅਦਿਆਂ ਦਾਅਵੇ 'ਤੇ ਲੱਗਦਾ ਕਿ ਸਰਕਾਰ ਖਰੀ ਉਤਰੇਗੀ? ਦੇਖੋ ਨਵਨੀਤ ਜੀ, ਜੋ ਗਰਾਊਂਡ ਰਿਐਲਿਟੀ ਉਹਦਾ ਅਤੇ ਜੋ ਸਰਕਾਰ ਦੱਸ ਰਹੀ ਉਹਦਾ ਬਹੁਤ ਜ਼ਿਆਦਾ ਫਰਕ। ਗਰਾਊਂਡ 'ਤੇ ਤਾਂ ਕੁਛ ਪਹੁੰਚੇ ਹੀ ਨਹੀਂ, ਉੱਥੇ ਬਿਲਕੁਲ ਸੇਮ ਮੁੱਦੇ ਨੇ। ਕਿਸਾਨਾਂ ਦੀਆਂ ਖੁਦਕੁਸ਼ੀਆਂ ਉਸੇ ਤਰ੍ਹਾਂ ਜਾਰੀ ਨੇ। ETT ਵਾਲੇ ਜਾਂ ਟੈਕਟ ਪਾਸ, ਪਾਣੀ ਦੀਆਂ ਟੈਂਕੀਆਂ, ਕੋਈ ਵਿਹਲੀ ਨਹੀਂ। ਪਾਣੀ ਟੈਂਕੀ, ਪਾਣੀ ਨਹੀਂ ਹੋ ਸਕਦਾ ਉਹਦੇ 'ਚ ਟੈਂਕੀ 'ਚ, ਪਰ ਉਹ ਬੇਰੁਜ਼ਗਾਰ ਉੱਥੇ ਜ਼ਰੂਰ ਚੜ੍ਹੇ ਹੋਏ ਨੇ। ਕਿਸਾਨ ਯੂਨੀਅਨਾਂ ਉਸੇ ਤਰ੍ਹਾਂ ਪ੍ਰੋਟੈਸਟ ਕਰ ਰਹੀਆਂ ਨੇ ਆਪਣੀ ਫਸਲਾਂ ਦੇ ਭਾਅ ਲੈਣ ਵਾਸਤੇ। ਉਹਨਾਂ ਨੂੰ ਗੰਨਾ ਮਿੱਲਾਂ ਦੇ ਸਾਹਮਣੇ ਭੁੱਖ ਹੜਤਾਲਾਂ ਰੱਖਣੀਆਂ ਪੈ ਰਹੀਆਂ ਨੇ ਗਰਮੀ 'ਚ, 45 ਡਿਗਰੀ 'ਚ ਟੈਂਪਰੇਚਰ 'ਚ। ਮਾਸਟਰ ਜਿਹੜੇ ਨੇ, ਜਿਹੜੇ ਟੀਚਰ ਨੇ, ਉਹ ਔਖੇ ਨੇ, ਮੁਲਾਜ਼ਮ ਔਖਾ ਹੈ, ਦੁਕਾਨਦਾਰ ਔਖਾ ਹੈ। ਕੋਈ ਇੱਕ ਵਾਅਦਾ ਮੈਨੂੰ ਇਹ ਦੱਸ ਦੇਣ ਕਿ ਪੂਰਾ ਕੀਤਾ ਹੈ? ਜੋ ਮੈਨੀਫੈਸਟੋ 'ਚ 129 ਪੰਨਿਆਂ ਦਾ ਇਹਨਾਂ ਦਾ ਮੈਨੀਫੈਸਟੋ ਸੀ, 29 ਲਾਈਨਾਂ ਵੀ ਪੂਰੀਆਂ ਕਰਤੀਆਂ ਹੋਣ, ਮੈਂ ਮੰਨ ਜੂੰਗਾ 2.5 ਸਾਲ 'ਚ ਇਹਨਾਂ ਨੂੰ। ਇਹਨਾਂ 'ਤੇ ਆਪਣੇ ਮਿਨਿਸਟਰ ਪ੍ਰਤਾਪ ਸਿੰਘ ਬਾਜਵਾ ਅਤੇ ਜਿਹੜੇ ਦੂਜੇ ਮਿਨਿਸਟਰ ਨੇ, ਲਾਈਵ ਜਦੋਂ ਚੱਲ ਰਿਹਾ ਸੀ ਵਿਧਾਨ ਸਭਾ 'ਚ, ਇੱਦਾਂ ਝੋਲੀਆਂ ਅੱਡ ਰਹੇ ਸੀ ਕੈਪਟਨ ਸਾਹਿਬ ਦੇ ਸਾਹਮਣੇ, ਸਰ ਕੋਈ ਕਾਰਵਾਈ ਕਰ ਦਿਓ ਇਹਨਾਂ 'ਤੇ, ਜਿਹਨਾਂ 'ਤੇ ਕਾਰਵਾਈ ਕਰਨ ਦੀ ਤੁਸੀਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ। ਅਸੀਂ ਪਿੰਡਾਂ 'ਚ ਜਾਣ ਜੋਗੇ ਰਹਿ ਜਾਂਗੇ, ਨਹੀਂ ਸਾਨੂੰ ਪਿੰਡਾਂ 'ਚ ਲੋਕਾਂ ਨੇ ਵੜਨ ਨਹੀਂ ਦੇਣਾ। ਸੋ ਇਹ ਆਪ ਹੀ ਦੱਸ ਰਹੀ ਹੈ ਸਰਕਾਰ ਇਹਨਾਂ ਦੀ ਕਿ ਪਰਫੋਰਮੈਂਸ ਕੀ ਹੈ। ਪਰ ਉਮੀਦ 'ਤੇ ਦੁਨੀਆ ਕਾਇਮ ਹੈ। ਕਈ ਵਾਰੀ ਫਿਲਮ ਇੰਟਰਵਲ ਤੋਂ ਬਾਅਦ ਵਧੀਆ ਹੋ ਜਾਂਦੀ ਹੈ। ਹੁਣ ਤੱਕ ਤਾਂ ਕੁਛ ਨਹੀਂ ਹੈਗਾ ਫਿਲਮ 'ਚ, ਕੋਈ ਸਟੋਰੀ ਨਹੀਂ, ਕੋਈ ਹੀਰੋ ਨਹੀਂ, ਸਭ ਆਪਾ ਤਾਪੀ ਪਈ ਹੈ। ਸ਼ਾਇਦ ਕਈ ਵਾਰੀ ਲੋਕ ਕਹਿੰਦੇ ਚਲੋ ਸ਼ਾਇਦ ਇੰਟਰਵਲ ਤੋਂ ਬਾਅਦ ਹੀ ਫਿਲਮ ਠੀਕ ਹੋ ਜਾਏ, ਕੁਛ ਵਾਅਦੇ ਹੋ ਜਾਏ। ਤੁਹਾਨੂੰ ਇਸ ਫਿਲਮ ਦੀ ਸਕ੍ਰਿਪਟ ਠੀਕ ਨਹੀਂ ਲਿਖੀ ਹੋਈ ਜਿਸ ਕਰਕੇ ਇੰਟਰਵਲ ਤੱਕ ਕੁਛ ਨਜ਼ਰ ਨਹੀਂ ਆ ਰਿਹਾ? ਸਕ੍ਰਿਪਟ ਕੁਛ ਹੋਰ ਲਿਖ ਲਈ, ਕਲਾਈਮੈਕਸ ਦਾ ਵੇਟ ਕਰੀਏ। ਸਕ੍ਰਿਪਟ ਕੁਛ ਹੋਰ ਲਿਖ ਲਈ, ਵਿਲਨ ਨਾਲ ਹੀਰੋ ਮਿਲਿਆ ਹੋਇਆ, ਫਿਰ ਕਿਵੇਂ ਜਾਊਗਾ ਅੱਗੇ ਜੀ? ਜਦੋਂ ਤੁਸੀਂ ਵਾਅਦਾ ਕੀਤਾ ਕਿ ਅਸੀਂ 4 ਮਹੀਨੇ 'ਚ ਨਹੀਂ, 1 ਮਹੀਨੇ 'ਚ ਨੈਕਸਸ ਤੋੜ ਦਾਂਗੇ ਚਿੱਟੇ ਦਾ, ਤੋੜ ਪਾਏ? ਨਹੀਂ, ਬਿਲਕੁਲ ਹਰ ਰੋਜ਼ ਅੱਜ ਓਵਰਡੋਜ਼ ਨਾਲ ਨਾੜਾਂ ਵਿੰਨੀਆਂ ਪਈਆਂ ਨੇ, ਖਬਰਾਂ ਆਉਂਦੀਆਂ ਨੇ ਸਾਡੀ ਪੰਜਾਬ ਦੀ ਨੌਜਵਾਨ ਪੀੜ੍ਹੀ ਦੀਆਂ ਨਾੜਾਂ ਵਿੰਨੀਆਂ ਪਈਆਂ ਨੇ। ਡਿਪਰੈਸ਼ਨ 'ਚ ਨੇ ਉਹ, ਕੀ ਕਰਨ? ਉਹ ਜਦੋਂ ਨੌਕਰੀ ਨਹੀਂ ਮਿਲ ਰਹੀ ਉਹਨਾਂ ਨੂੰ, ਨੇਰਾ ਹੀ ਨੇਰਾ ਸਾਹਮਣੇ ਦਿਖ ਰਿਹਾ, ਜਾਂ ਆਈਲੈਟਸ ਕਰਕੇ ਬਾਹਰ ਭੱਜ ਰਹੇ ਹਾਂ ਅਸੀਂ, ਸਾਡੇ ਧੀਆਂ ਪੁੱਤ ਆਈਲੈਟਸ ਨੂੰ ਅਸੀਂ ਡਿਗਰੀ ਮੰਨਣ ਲੱਗ ਗਏ ਕਿ ਚਲੋ ਪੁੱਤ ਬਾਹਰ ਭੱਜੋ, ਗੁਰੂ ਨਾਨਕ ਦੇਵ ਜੀ ਦੀ ਧਰਤੀ, ਸ਼ਹੀਦ ਭਗਤ ਸਿੰਘ ਹੋਰਾਂ ਦੀ ਧਰਤੀ, ਉਹ ਅਸੀਂ ਨਰਕ ਬਣਾ ਕੇ ਇਹਨਾਂ ਨੇ ਰੱਖਤੀ, ਇਹਨਾਂ ਨੇ ਭੱਜ ਰਹੇ ਹਾਂ ਬਾਹਰ। ਅਸੀਂ ਪੰਜਾਬੀ ਪੂਰੀ ਦੁਨੀਆ 'ਚ ਕਾਮਯਾਬ ਨੇ, ਪੰਜਾਬ 'ਚ ਫੇਲ ਨੇ, ਕਿਉਂ? ਸੋ ਇੱਥੇ ਲਾਈਨਾਂ ਲੱਗੀਆਂ ਹੋਈਆਂ ਨੇ। ਇਹਨਾਂ ਨੇ ਕਿਹਾ ਸੀ ਸਰਕਾਰੀ ਘਰ ਘਰ ਨੌਕਰੀ ਛੱਡੋ, ਘਰ ਘਰ ਨੌਕਰੀ ਨੂੰ। ਮੈਂ ਵਿਰੋਧੀ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਚਲੋ ਇੰਨਾ ਕਹਿ ਦਿੰਦਾ, ਮੈਂ ਲੋਕਾਂ ਦੇ ਬਿਹਾਫ 'ਤੇ, ਘਰ ਘਰ ਨਾ ਸਹੀ, ਦੋ ਦੋ ਘਰ ਛੱਡ ਕੇ ਦੇ ਦਿਓ ਜੀ। ਪਰਚੀਆਂ ਪਾ ਲਾਂਗੇ ਪਿੰਡਾਂ 'ਚ ਵੀ, ਚਲੋ ਪਹਿਲਾਂ ਕਿਹੜੇ ਘਰ ਦੀ ਵਾਰੀ ਹੈ, ਉਹ ਤੋਂ ਬਾਅਦ ਦੋ ਦੋ ਛੱਡੀ ਜਾਵਾਂਗੇ। ਲੋਕ ਕਹਿੰਦੇ ਦੋ ਦੋ ਛੱਡੋ ਜੀ, 10-10 ਘਰ ਛੱਡ ਕੇ ਦੇ ਦੇਣ ਨੌਕਰੀ, ਚਲੋ ਸ਼ੁਰੂ ਤਾਂ ਕਰੋ। ਨਹੀਂ, ਕਿੱਥੇ ਨੌਕਰੀ, ਸਿਰਫ 7 ਨੌਕਰੀਆਂ ਦਿੱਤੀਆਂ ਗੌਰਮੈਂਟ ਨੇ। ਇੱਕ ਤਾਂ ਆਉਣ ਸਾਰ ਬੇਅੰਤ ਸਿੰਘ ਦੇ ਪੋਤੇ ਨੂੰ DSP ਲਾਤਾ ਸੀ, ਕਿਉਂਕਿ ਉਹ ਵੀ ਬੇਰੁਜ਼ਗਾਰ ਪਰਿਵਾਰ ਹੈ, ਸਿਰਫ ਉਹਨਾਂ ਦੇ ਇੱਕ ਪਰਿਵਾਰ 'ਚ ਇੱਕ MP ਹੈ, ਇੱਕ MLA ਹੈ, ਇੱਕ ਮੰਤਰੀ ਰਿਹਾ, ਭੂਆ ਵੀ ਮੰਤਰੀ ਰਹੀ ਹੈ, ਬੇਰੁਜ਼ਗਾਰ ਪਰਿਵਾਰ ਹੈ ਯਾਰ, ਉਹਨਾਂ ਨੂੰ ਚਾਹੀਦੇ ਹੈ। ਸਾਡਾ ਕੀ ਹੈ, ਸਾਡੇ ਨੌਜਵਾਨ ਤਾਂ ਪਾਣੀ ਦੀਆਂ ਟੈਂਕੀਆਂ ਤੋਂ ਥੱਲੇ ਉੱਤਰ ਆਉਣਗੇ ਤਾਂ ਗੱਲ ਕਰ ਲੈਣਗੇ। 6 ਇਹਨਾਂ ਨੇ ਹੁਣ ਦਿੱਤੀਆਂ ਨੇ ਨੌਕਰੀਆਂ, ਸਲਾਹਕਾਰ ਰੱਖ ਲਏ ਕੈਪਟਨ ਸਾਹਿਬ ਨੇ, 6 ਵਿਧਾਇਕ ਦਾ ਉਹਦਾ, ਉਹਨਾਂ ਨੂੰ ਕੈਬਨਿਟ ਦਾ ਰੈਂਕ ਦੇ ਕੇ। ਜਨਾਬ ਜੀ, ਸਲਾਹਕਾਰ ਉਹਨੂੰ ਚਾਹੀਦੇ ਹੁੰਦੇ ਨੇ ਜਿਹਦੇ ਜਿਹੜੇ ਕੋਈ ਕੰਮ ਕਰਦਾ ਹੋਵੇ, ਬਹੁਤ ਐਕਸਟਰਾਆਰਡਨਰੀ ਬਰਡਨ ਹੋਵੇ। ਵਿਹਲੇ ਮੁੱਖ ਮੰਤਰੀ ਨੂੰ ਕਾਹਦੇ ਵਾਸਤੇ ਸਲਾਹਕਾਰ ਚਾਹੀਦੇ ਜੀ? ਸਲਾਹ ਤਾਂ ਰਾਣੀ ਦੀ ਨਹੀਂ ਮੰਨਦਾ ਉਹਨਾਂ ਦੇ ਕੀ ਮੰਨੂਗਾ? ਤੁਸੀਂ ਚਿੱਟੇ ਹੱਥੀ ਬੰਨ ਲਏ, ਜਿਹੜੇ ਖਜ਼ਾਨੇ 'ਤੇ ਬੋਝ ਪਾਤਾ ਜੀ, ਕੰਮ ਕੋਈ ਹੈ ਨਹੀਂ ਜੀ, ਰੈਂਕ ਦਿੱਤਾ ਜੀ ਵਿਧਾਇਕੀ ਦਾ, ਕਿਉਂ ਵੀ? ਅਤੇ ਇੱਕ ਪਾਸੇ ਤੁਸੀਂ ਲੋਕਾਂ ਬਾਰੇ ਕਹਿੰਦੇ ਹੋ ਖਜ਼ਾਨਾ ਖਾਲੀ ਹੈ, ਵਿੱਤ ਮੰਤਰੀ ਖੁਦ ਕਹਿ ਰਿਹਾ ਕਹਿੰਦਾ ਮੈਂ ਚਾਹ ਨਹੀਂ ਪਿਆ ਸਕਦਾ ਦਫ਼ਤਰ 'ਚ,
ਇਹਦੇ ਨਾਲ ਪੈਸੇ ਬਚਾਵਾਂਗੇ, ਇੱਕ ਪਾਸੇ ਚਾਹ ਦਾ ਖਰਚਾ ਨਹੀਂ ਚਲਾ ਜਾ ਰਿਹਾ, ਦੂਜੇ ਪਾਸੇ ਸਾਰੀ ਗੱਲ ਕਹਿ ਰਹੇ ਹੋ ਖਜ਼ਾਨਾ ਖਾਲੀ ਹੈ। ਮੇਰਾ ਕਹਿਣ ਦਾ ਮਤਲਬ ਜੇ ਸਰਕਾਰ ਵਾਦੇ ਪੂਰੇ ਨਹੀਂ ਕਰ ਪਾ ਰਹੀ ਤੇ ਵਿਰੋਧੀ ਧਿਰ ਆਪਣੀ ਭੂਮਿਕਾ ਕਿੱਥੇ ਨਿਭਾ ਰਹੀ ਹੈ? ਨਿਭਾ ਰਹੀ ਹੈ ਜੀ ਜਿੱਥੇ ਸਾਨੂੰ ਮੌਕਾ ਮਿਲਦਾ, ਨਿਭਾ ਰਹੇ ਹੋ ਜਿੱਥੇ ਸਾਨੂੰ ਮੌਕਾ ਮਿਲਦਾ ਹੈ ਮੀਡੀਆ 'ਚ, ਅੱਜ ਤੁਹਾਡੇ ਸਾਹਮਣੇ ਨਿਭਾ ਰਿਹਾ ਮੈਂ ਵਿਰੋਧੀ ਪਾਰਟੀ ਦਾ, ਇੱਥੇ ਵੀ ਨਹੀਂ ਨੈਸ਼ਨਲ ਲੈਵਲ 'ਤੇ ਵੀ ਵਿਰੋਧੀ। ਬਾਕੀ ਜਿਹੜੇ ਹੋਰ ਨੇ ਅਕਾਲੀ ਦਲ ਬੀਜੇਪੀ, ਉਹ ਕਹਿੰਦੇ ਕਿ ਕਨਸੈਸ਼ਨ 'ਚ ਜਾ ਕੇ ਤੇ ਆਮ ਆਦਮੀ ਪਾਰਟੀ, ਉਹ ਤੇ ਛੋਟੀ ਕਾਂਗਰਸ ਵੀ ਕਹਿਣ ਲੱਗ ਪਏ। ਨਹੀਂ ਜੀ, ਉਹ ਉਹਨਾਂ ਦਾ ਉਹਨਾਂ ਦੇ ਬੁਖਲਾਹਟ ਹੈ ਹਾਰ ਦੀ। ਸੈਸ਼ਨ ਕਦੋਂ ਹੁੰਦਾ ਮੈਂ ਦੱਸੋ, 14 ਘੰਟੇ 15 ਘੰਟੇ ਦਾ ਸੈਸ਼ਨ ਰਹਿ ਗਿਆ ਜੀ, ਇੱਕ ਦਿਨ ਸ਼ਰਧਾਂਜਲੀਆਂ 'ਚ, ਇੱਕ ਦਿਨ ਰੌਲੇ ਰੱਪੇ 'ਚ, ਤੀਜੇ ਦਿਨ ਕਹਿੰਦੇ ਨੇ ਖਤਮ ਹੋ ਗਿਆ ਜੀ। ਕਿੱਥੇ ਸੈਸ਼ਨ? ਸੈਸ਼ਨ ਰੱਖੋ ਨਾ 25-25 ਦਿਨ ਦਾ, 30-30 ਦਿਨ ਦਾ, 30-30 ਦਿਨ ਦਾ ਸੈਸ਼ਨ ਰੱਖੋ ਅਤੇ ਕੋਈ ਮੁੱਦੇ ਵੀ ਇੱਕ ਦਿਨ 'ਚ ਹੁਣ ਕੀ ਤੁਸੀਂ ਕਿਸਾਨੀ ਉਠਾਓਗੇ, ਕੀ ਤੁਸੀਂ ਨੌਜਵਾਨੀ ਉਠਾਓਗੇ, ਕਿਹੜੇ ਮੁੱਦੇ ਉਠਾਓਗੇ? ਇੱਕ ਦਿਨ 'ਚ ਅੱਧਾ ਦਿਨ ਉਹ 'ਚ ਮਾਫ਼ ਹੁੰਦਾ, 2 ਵਜੇ ਆ ਜਾਓ ਕਹਿੰਦੇ। ਸੋ ਇਹ ਤਾਂ ਭੱਜਣ ਲੱਗ ਗਏ ਵਿਧਾਨ ਸਭਾ ਤੋਂ। ਅਕਾਲੀ ਦਲ ਨਾ ਹੀ ਬੋਲੇ ਤਾਂ ਚੰਗਾ, ਪਹਿਲੀ ਵਾਰ ਅਕਾਲੀ ਦਲ ਤੀਜੇ ਨੰਬਰ 'ਤੇ ਆਇਆ, ਪਹਿਲੀ ਵਾਰ 1920 ਦਾ ਅਕਾਲੀ ਦਲ ਬਣਿਆ ਹੋਇਆ, ਪਹਿਲੀ ਵਾਰ ਤੀਜੇ ਨੰਬਰ 'ਤੇ। ਇਸੇ ਨਮੋਸ਼ੀ ਦੇ ਮਾਰੇ ਪ੍ਰਕਾਸ਼ ਸਿੰਘ ਬਾਦਲ ਅੱਜ ਤੱਕ ਵਿਧਾਨ ਸਭਾ ਨਹੀਂ ਆਏ, ਉਹਨਾਂ ਨੇ ਸਹੁੰ ਵੀ ਸਪੀਕਰ ਦੇ ਕਮਰੇ ਚੁੱਕੀ ਸੀ, ਕਿਉਂਕਿ ਪਿਛਲੀਆਂ ਸੀਟਾਂ 'ਤੇ ਬੈਠਣ ਦੀ ਆਦਤ ਨਹੀਂ, ਅਗਲੀਆਂ ਸੀਟਾਂ ਲੋਕਾਂ ਨੇ ਦਿੱਤੀਆਂ ਨੇ। ਪਰ ਸੀਟਾਂ ਦਾ ਮਸਲਾ ਤਾਂ ਤੁਹਾਡੀ ਪਾਰਟੀ 'ਚ ਵੀ ਬੜਾ ਮਾਨਸਾ ਹੋ ਰਿਹਾ ਕਿ ਉਹ MLA ਛੱਡ ਕੇ ਚਲੇ ਗਏ ਨੇ, ਚਲੇ ਜਾਣ, ਉਹਨਾਂ ਦੀਆਂ ਸੀਟਾਂ ਦਾ ਵੀ ਬੜਾ ਰੇਟ ਕਾ ਨਹੀਂ। ਖਹਿਰਾ ਸਾਹਿਬ ਉਹ ਵੀ ਲਗਾਤਾਰ ਗੱਲ ਕਰਦੇ ਆ ਰਹੇ ਸੀ ਪਿੱਛੇ, ਹੁਣ ਚਲੋ ਉਹਨਾਂ ਦਾ ਇੱਕ ਸੁਰ ਵੱਖਰਾ ਹੋ ਗਿਆ। ਮੇਰਾ ਕਹਿਣ ਦਾ ਮਤਲਬ ਕਿ ਸੀਟਾਂ ਦੀ ਸਿਆਸਤ ਤੇ ਸਾਰੇ ਪਾਸੇ, ਅਸੀਂ ਤਾਂ ਕਹਿੰਦੇ ਜੀ ਪਾਰਟੀ ਉਹਦੇ ਤੋਂ, ਅਸੀਂ ਤਾਂ ਕਹਿੰਦੇ ਹਾਂ ਜੀ ਸਪੀਕਰ ਸਾਹਿਬ ਨੂੰ ਅਸੀਂ ਲਿਖ ਕੇ ਦਿੱਤਾ LOP ਨੇ ਲਿਖ ਕੇ ਕਿ ਜਿਹੜੇ ਤੁਸੀਂ ਸਾਡੇ ਜਿਹੜੇ ਵਿਧਾਇਕ ਛੱਡ ਕੇ ਚਲੇ ਗਏ ਜਾਂ ਕਾਂਗਰਸ ਸ਼ਾਮਿਲ ਹੋ ਗਏ ਜਾਂ ਇਲੈਕਸ਼ਨ ਲੜ ਲਈ ਉਹਨਾਂ ਨੇ ਇਹਨਾਂ ਦੀ ਖਹਿਰਾ ਸਾਹਿਬ ਵੱਲੋਂ, ਹੁਣ ਉਹਨਾਂ ਦੇ ਅਸਤੀਫੇ ਪ੍ਰਵਾਨ ਕਿਉਂ ਨਹੀਂ ਕਰਦੇ? ਕਰੋ ਪ੍ਰਵਾਨ ਉਹਨਾਂ, ਸਾਨੂੰ ਕੋਈ ਕੇਅਰ ਨਹੀਂ। ਇਸ ਗੱਲ ਕਹਿੰਦੇ ਨੇ ਕਿ ਉਹਨੀ ਮਜ਼ਬੂਤੀ ਨਾਲ ਆਮ ਆਦਮੀ ਪਾਰਟੀ ਆ ਕੇ ਸ਼ਿਕਾਇਤ ਹੀ ਨਹੀਂ ਕਰ ਰਹੀ, ਕਿਉਂ ਨਹੀਂ ਕਰਦੀ? ਜੇ ਅਸੀਂ ਲਿਖ ਕੇ ਦਿੱਤਾ ਜਨਾਬ, ਹੋਰ ਮਜ਼ਬੂਤੀ ਨਾਲ ਕੀ ਕਰੀਏ? ਧਰਨੇ ਦੇਈਏ ਉਹਨਾਂ ਦੇ ਅਸਤੀਫੇ ਮਨਾਉਣ ਵਾਸਤੇ? ਕਰ ਫੂਲਕਾ ਸਾਹਿਬ ਦਾ ਕਰ ਲਿਆ, ਉਹਨਾਂ ਦਾ ਕਿਉਂ ਨਹੀਂ ਕਰਦੇ ਜੀ? ਉਹ ਚਿੱਠੀਆਂ ਪਾ ਕੇ ਬੁਲਾਉਂਦੇ ਨੇ, ਉਹ ਜਾਣਦੇ ਨਹੀਂ ਉੱਥੇ, ਬੁਲਾਇਆ ਉਹਨਾਂ ਨੂੰ 7ਵੀਂ 8ਵੀਂ 'ਚ ਜਿਹੜੀ ਐਪਲੀਕੇਸ਼ਨ ਲਿਖਦੇ ਹੁੰਦੇ ਆ ਕਿ ਕੱਲ੍ਹ ਤੁਸੀਂ ਛੁੱਟੀ ਸਕੂਲ ਨਹੀਂ ਆਏ ਸੀ, ਉਹਦਾ ਕਾਰਨ ਦੱਸਣ ਵਾਸਤੇ ਅਰਜੀ ਲਿਖੋ, ਉਹ ਅਰਜੀ ਹੁੰਦੀ ਹੈ ਪਿਤਾ ਜੀ ਸਖਤ ਬਿਮਾਰ ਸਨ, ਮਾਤਾ ਜੀ ਵੀ ਢਿੱਲੇ ਸਨ, ਇਸ ਲਈ ਮੈਨੂੰ ਕੱਲ੍ਹ ਮੈਂ ਸਕੂਲ 'ਚ ਗੈਰ ਹਾਜ਼ਰ ਹੋ ਗਿਆ, ਜਿਹੜਾ ਮੈਨੂੰ 6 ਪੈਸੇ ਜੁਰਮਾਨਾ ਲਾਇਆ, ਮਾਫ਼ ਕਰੋ ਜੀ, ਠੀਕ ਹੈ ਨਾ? ਉਹ ਇਹੋ ਜਿਹੇ ਬਹਾਨੇ ਲਾ ਰਹੇ ਨੇ, ਮੇਰਾ ਬਾਪੂ ਬਿਮਾਰ ਹੈ ਜੀ, ਮੇਰੀ ਬੈਕ ਦੁਖਦੀ ਹੈ ਜੀ, ਇੱਕ ਬਹਾਨੇ ਨੇ, ਤੁਸੀਂ ਜਾ ਕੇ ਫੇਸ ਕਰੋ। ਹਾਂ, ਗਾਲਾਂ ਉਸੇ ਪਾਰਟੀ ਨੂੰ ਕੱਢਣੀਆਂ ਨੇ, ਪਰ MLA ਵੀ ਉਸੇ ਪਾਰਟੀ ਦਾ ਰਹਿਣਾ ਹੈ, ਲਿਆਓ ਲੁਚੋਣ ਨਿਸ਼ਾਨ ਵਾਪਸ ਕਰੋ। ਕੀ ਕਹਿੰਦੇ ਸੀ ਖਹਿਰਾ ਸਾਹਿਬ? ਪੰਜਾਬ ਵਾਸਤੇ 1000 ਅਹੁਦੇ ਵੀ ਕੁਰਬਾਨ, 999 ਮਾਫ਼ ਕਰ ਦਿੰਦੇ ਉਹਨਾਂ ਨੂੰ, ਇੱਕ ਅਹੁਦਾ ਕੁਰਬਾਨ ਕਰ ਦੇਣ ਭਲਾ ਥਲਾ, ਅਸਤੀਫਾ ਕਰਨ ਦਿੰਦੇ ਹੋ? ਕਿੰਨੀ ਵਾਰੀ ਸਪੀਕਰ ਨੇ ਚਿੱਠੀ ਪਾ ਲਈ, ਚਿੱਠੀ ਰਿਸੀਵ ਨਹੀਂ ਕੀਤੀ, ਫਿਰ ਸਪੀਕਰ ਨੇ ਕਿਹਾ ਮੈਂ ਇਸ਼ਤਿਹਾਰ ਦੇਊਂਗਾ, ਮੈਂ ਕਿਹਾ ਜੀ ਟਵੀਟ ਕਰਕੇ ਦੇਖ ਲਓ। ਸ਼ਾਇਦ ਤੁਹਾਡੇ ਪੁਰਾਣੇ ਸਾਥੀ ਨੇ, ਤੁਹਾਡੀ ਤਾਂ ਗੱਲਬਾਤ ਵੀ ਹੋਈ ਹੈ ਜਦੋਂ ਤੁਸੀਂ ਮੈਂਬਰ ਪਾਰਲੀਮੈਂਟ ਬਣੇ, ਮੈਂ ਉਹ ਤਾਂ ਘੱਟ ਸੀ, ਮੈਂ ਕਾਲ ਕੀਤੀ ਸੀਗੀ ਗੱਲਬਾਤ, ਮੈਂ ਕੋਈ ਗੱਲ ਨਹੀਂ, ਵਿਚਾਰਕ ਮਤਭੇਦ ਨੇ, ਪਰ ਲੋਕਾਂ ਨੇ ਵੀ ਦੱਸਤਾ ਨਾ, ਫਿਰ ਪਬਲਿਕ ਹੈ ਜੀ, ਦੱਸਣ ਵਾਲੀ ਪਬਲਿਕ ਹੈ, ਐਂ ਤਾਂ ਆਪਣੇ ਆਪ ਨੂੰ ਅਫਲਾਤੂਨ ਸਮਝਣ ਵਾਲੇ ਬੜੇ ਨੇ ਇੱਥੇ, ਪਰ ਜਦੋਂ ਪਬਲਿਕ ਫੈਸਲਾ ਦਿੰਦੀ ਉਹ ਮੰਨਣਾ ਪਊਗਾ। ਚਲੋ, ਮਤਲਬ ਤੁਸੀਂ ਮੰਨਦੇ ਹੋ ਕਿ 2.5 ਸਾਲਾਂ 'ਚ ਕੁਛ ਨਹੀਂ ਹੋਇਆ, ਉਮੀਦ ਕੀਤੀ ਜਾ ਸਕਦੀ ਹੈ? ਬਿਲਕੁਲ, ਹਾਂ ਦੇਖੋ, ਉਮੀਦ ਅਸੀਂ ਪੰਜਾਬ ਦੇ ਹਿਤੈਸ਼ੀ, ਪੰਜਾਬ ਦੇ ਹਮਦਰਦ ਹੋਣ ਦੇ ਨਾਤੇ ਉਮੀਦ ਕਰਦੇ ਹਾਂ ਕਿ ਕਰ ਦਿਓ। ਅਸੀਂ ਖੁਦ ਕੈਪਟਨ ਸਾਹਿਬ ਕੋਲ ਵਫਦ ਲੈ ਕੇ ਗਿਆ ਸੀ ਮੈਂ, ਮੇਰੀ ਪ੍ਰਧਾਨਗੀ 'ਚ, ਨਸ਼ਿਆਂ ਬਾਰੇ, ਕਿ ਅਸੀਂ ਤੁਹਾਡਾ ਸਾਥ ਦੇਣ ਨੂੰ ਤਿਆਰ ਹਾਂ। ਪੁਲਿਸ ਮਿਲੀ ਹੋਈ ਹੈ, ਪੁਲਿਸ 'ਤੇ ਲੋਕਾਂ ਨੂੰ ਯਕੀਨ ਨਹੀਂ ਰਿਹਾ, ਉਹ ਨਸ਼ਾ ਤਸਕਰ ਨੂੰ ਥਾਣੇ 'ਚ ਫੜਾ ਕੇ ਆਉਂਦੇ ਨੇ, ਉਹ ਜਿਹੜੇ ਫੜਾ ਕੇ ਆਉਂਦੇ ਨੇ ਉਹ ਬਾਅਦ 'ਚ ਪਿੰਡ ਪਹੁੰਚਦੇ, ਨਸ਼ਾ ਤਸਕਰ ਪਹਿਲਾਂ ਛੁੱਟ ਕੇ ਆ ਜਾਂਦਾ ਹੈ, ਪੁਲਿਸ 'ਤੇ ਯਕੀਨ ਨਹੀਂ ਰਿਹਾ, ਲੋਕ ਜਿਹੜੇ ਨੇ ਆਪ ਸਜ਼ਾ ਦੇਣ ਲੱਗ ਗਏ, ਕੁੱਟਣ ਲੱਗ ਗਏ, ਮਾਰਨ ਤੱਕ ਦੀਆਂ ਨੌਬਤਾਂ ਆ ਗਈਆਂ ਨਸ਼ਾ ਵੇਚਣ ਵਾਲਿਆਂ। ਲੋਕ ਤੁਸੀਂ ਕਹਿ ਰਹੇ ਹੋ ਕਿ ਆਪ ਸਜ਼ਾ ਦੇ ਰਹੇ ਨੇ, ਬਰਗਾੜੀ ਔਰ ਬੇਅਦਬੀ ਵਾਲੇ ਮਾਮਲੇ ਨੂੰ ਲੈ ਕੇ, ਚਾਹੇ ਬੇਅਦਬੀ ਵਾਲਾ ਮਾਮਲਾ ਜਾਂ ਗੋਲੀਕਾਂਡ ਵਾਲਾ ਮਾਮਲਾ ਰਿਹਾ, CBI ਦੀ ਕਲੋਜ਼ਰ ਰਿਪੋਰਟ 'ਤੇ ਤੁਹਾਡੇ ਹੀ ਆਗੂਆਂ ਦੇ ਬਿਆਨ ਵੱਖ ਵੱਖ ਨਜ਼ਰ ਆ ਰਹੇ ਨੇ। ਇੱਕ ਕਹਿੰਦੇ ਨੇ ਜੀ ਕਿ ਮੈਂ ਮੁੱਖ ਵਿਰੋਧੀ ਧਿਰ ਦੇ ਪਾਰਟੀ ਦੇ ਜਿਹੜੇ ਲੀਡਰ ਨੇ ਸਾਡੇ LOP, ਉਹਨਾਂ ਦੇ ਬਿਆਨ ਤੋਂ ਸਹਿਮਤ ਨਹੀਂ ਆ, ਨਮੋਸ਼ੀ ਨਹੀਂ ਹੋਣੀ ਚਾਹੀਦੀ, ਅਤੇ ਇਹ ਕੌਨਫਲਿਕਟ ਕਿਉਂ ਨੇ ਤੁਹਾਡੀ ਆਪਣੀ ਪਾਰਟੀ ਦੇ ਵਿੱਚ? ਲੋਕਤੰਤਰ 'ਚ ਸਹਿਮਤੀ, ਸਹਿਮਤੀ ਉਹਦਾ ਹਿੱਸਾ ਹੈ ਲੋਕਤੰਤਰ, ਉਸ ਦਾ ਤੱਕ ਬਹੁਤ ਸਾਰੀਆਂ ਗੱਲਾਂ 'ਤੇ ਮੈਂ ਨਾ ਸਹਿਮਤ ਹੋਵਾਂ, ਮੇਰੇ ਵਿਚਾਰ ਕੁਛ ਹੋਰ ਹੋਣ, ਬਟ ਪਾਰਟੀ ਦਾ ਫੈਸਲਾ ਤਾਂ ਪਾਰਟੀ ਦਾ ਫੈਸਲਾ ਹੁੰਦਾ, ਉਹ ਤਾਂ ਮੰਨਣਾ ਪਊਗਾ, ਉਹ ਤਾਂ ਹਰ ਪਾਰਟੀ 'ਤੇ ਇਸ ਤਰ੍ਹਾਂ ਲਾਗੂ ਹੁੰਦਾ। ਨੰਬਰ 2 'ਤੇ ਬਰਗਾੜੀ ਕਾਂਡ 'ਤੇ ਇਹਨਾਂ ਨੇ ਕਿੰਨਾ ਕੋਸ਼ਿਸ਼ ਕਰ ਲਈ ਕਿ ਇਹਨੂੰ ਠੰਡੇ ਵਾਸਤੇ 'ਚ ਪਾ ਦਈਏ, ਜਾਂਚ, ਅਗਲੀ ਜਾਂਚ ਉੱਤੇ, ਫਿਰ ਅਗਲੀ ਜਾਂਚ 'ਤੇ, ਪਹਿਲੀ ਜਾਂਚ 'ਤੇ ਵਿਧਾਨ ਸਭਾ 'ਚ ਲਾਈਵ, ਫਿਰ ਉੱਥੋਂ ਅਗਲੀ ਜਾਂਚ, ਫਿਰ ਜਿਹਨਾਂ ਨੂੰ ਪਹਿਲਾਂ ਦਿੱਤਾ ਸੀ ਉਹਨਾਂ ਤੋਂ ਵਾਪਸ, ਫਿਰ ਤੁਸੀਂ ਫਿਰ ਵਾਪਸ ਮੀਨ ਬਾਈ ਦੈਟ ਇਜ਼ ਕੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਿਹੜੀ ਹੈ ਉਹ ਇਨਫ ਨਹੀਂ ਸੀ? ਉਹ ਸਿੱਟ ਉਹਦੇ ਤੋਂ ਵੱਡੀ ਤਾਂ ਨਹੀਂ? ਜੋ ਸਿੱਟ ਕਰਦੀ ਹੈ ਤਾਂ ਉਹਦੇ ਅਫਸਰਾਂ ਦੇ ਤਬਾਦਲੇ ਸੀਗੇ ਸਰ, ਜਦੋਂ CBI ਤੋਂ ਜਾਂਚ ਵਾਪਸ
ਕਿਉਂ ਅਜੇ ਬਿਆਨ ਆ ਰਿਹਾ ਕਾਦੀ ਨਮੂਸ਼ੀ ਹੈ ਅਸੀਂ ਕਿਹਾ ਪੰਜਾਬ ਦੇ ਲੀਡਰ ਅਸੀਂ ਕਹਿ ਦੀ ਜਿਸ ਵੇਲੇ ਸਿੱਕਮ ਦੇ ਮੁੱਖ ਮੰਤਰੀ ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਦੱਸਿਆ ਸੀ ਕਿ ਇੱਕ ਵਾਰੀ ਤੁਸੀਂ CBI ਨੂੰ ਦੇ ਕੇ ਵਾਪਸ ਲੈ ਸਕਦੇ ਹੋ ਹਰ ਵਾਰ ਨਹੀਂ ਤਾਂ ਫਿਰ AG ਆਫਿਸ ਕੀ ਕਰ ਰਿਹਾ ਐਡਵੋਕੇਟ ਜਨਰਲ ਦਾ ਕਿਉਂ ਨਹੀਂ ਉਹ ਦੱਸ ਰਿਹਾ ਰੈਜ਼ੋਲੂਸ਼ਨ ਲੈ ਕੇ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਕਿ ਸਰ ਨਹੀਂ ਕਰ ਸਕਦੇ ਆਪਾਂ ਇੱਦਾਂ ਸੋ ਕਰਨਾ ਕੀ ਚਾਹੁੰਦੇ ਨੇ ਕੁਛ ਨਹੀਂ ਕਰ ਸਕਦੇ ਜੇ ਸਜ਼ਾ ਦੇਣੀ ਹੁੰਦੀ ਨੀਅਤ ਸਾਫ਼ ਹੁੰਦੀ ਪਹਿਲੀ ਰਿਪੋਰਟ ਚਲੋ ਤੁਸੀਂ ਕੀ ਕਰ ਸਕਦੇ ਹੋ ਫਿਰ ਮੁੱਖ ਵਿਰੋਧੀ ਪਾਰਟੀ ਕੀ ਕਰ ਸਕਦੀ ਅਸੀਂ ਚੌਕੀਦਾਰ ਦਾ ਰੋਲ ਨਿਭਾ ਰਹੇ ਹਾਂ ਅਸੀਂ ਕਹਿੰਦੇ ਸਜ਼ਾ ਦਿਓ ਚੌਕੀਦਾਰ ਤੇ ਮੁੱਖ ਮੰਤਰੀ ਨਹੀਂ ਤਾਂ ਫਿਰ ਇਸ ਵੇਲੇ ਤਾਂ ਤੁਸੀਂ ਚੌਕੀਦਾਰ ਤੇ ਸਵਾਲ ਕਰ ਪ੍ਰਤਾਪ ਸਿੰਘ ਬਾਜਵਾ ਕੌਣ ਨੇ ਜੀ ਇਹਨਾਂ ਸੀਨੀਅਰ ਲੀਡਰ ਦਾ ਸਵਾਲ ਮੈਂ ਕੀ ਕਹਿ ਰਹੇ ਨੇ ਉਹ ਕਿ ਤੁਸੀਂ ਸਾਨੂੰ ਲੋਕਾਂ ਜਾਣ ਜੋਗਾ ਨਹੀਂ ਛੱਡੋਗੇ 2022 ਤੱਕ ਠੀਕ ਹੈ ਨਾ ਲੋਕਾਂ ਨੇ ਸਜ਼ਾ ਦੇ ਦਿੱਤੀ ਇੱਕ ਵਾਰੀ ਪਤੀ ਪਤਨੀ ਦੀ ਪਾਰਟੀ ਬਣ ਗਈ ਅਕਾਲੀ ਦਲ 10 ਸੀਟਾਂ ਨਹੀਂ ਮਿਲੀਆਂ ਇਹਨਾਂ ਨੂੰ 10 ਟਿਕਟਾਂ ਨਹੀਂ ਬੰਦੇ ਨਹੀਂ ਮਿਲੇ ਖੜੇ ਕਰਨ ਨੂੰ ਤਿੰਨ ਸੀਟਾਂ ਤਾਂ ਭਾਜਪਾ ਲੜਦੀ ਹੈ ਨਾ 13 ਚੋਂ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਫਰੀਦਕੋਟ ਦੇ ਵਿੱਚ ਬੰਦਾ ਲੋਕਲ ਖੜਾ ਹੋਣ ਦਾ ਬੰਦਾ ਨਹੀਂ ਲੱਭਿਆ ਇਹਨਾਂ ਨੂੰ ਅਕਾਲੀ ਦਲ ਨੂੰ ਲਿਆਉਣਾ ਪੈ ਗਿਆ ਉੱਥੋਂ ਰਣੀਕੇ ਨੂੰ ਬਾਰਡਰ ਤੋਂ ਜਾ ਕੇ ਫਰੀਦਕੋਟ ਹੱਬ ਅਕਾਲੀ ਦਲ ਦੀ ਉੱਥੋਂ ਬੰਦਾ ਨਹੀਂ ਖੜਾ ਹੋ ਰਿਹਾ ਜਨਾਬ ਤੁਸੀਂ ਦੇਖੋ ਤੁਸੀਂ ਲੋਕਾਂ ਦੇ ਲੋਕ ਕਹਿੰਦੇ ਚਲੋ ਆ ਜਾਓ ਫਿਰ ਪਹਿਲੀ ਵਾਰ ਮੌਕਾ ਮਿਲਿਆ ਸਾਨੂੰ 15 ਤੋਂ ਬਾਅਦ ਲੋਕ ਸਭਾ ਦਾ ਦੋਨੇ ਹਸਬੈਂਡ ਵਾਈਫ ਰਹਿ ਗਏ ਉਹ ਵੀ ਕਾਂਗਰਸ ਨਾਲ ਸਮਝੌਤਾ ਕਰਕੇ ਖਤਮ ਕਾਂ ਅਕਾਲੀ ਦਲ 19 ਲਿਖ ਲਿਓ ਨੋਟ ਕਰ ਲਿਓ ਉਹਨੂੰ ਮੈਂ ਪਹਿਲਾਂ ਤੋਂ ਕਹਿੰਦਾ ਰਿਹਾ ਅੱਜ ਫਿਰ ਦੁਬਾਰਾ ਕਹਿੰਦਾ ਤੁਸੀਂ ਕਹਿੰਦੇ ਹੋ ਲੀਜ਼ ਖਤਮ ਹੋ ਗਈ ਹੈ 1920 'ਚ ਅਕਾਲੀ ਦਲ ਸ਼ੁਰੂ 2019 'ਚ ਖਤਮ 99 ਸਾਲਾਂ ਲੀਜ਼ ਸੀ ਲੋਕਾਂ ਨਾਲ ਕਿੰਨੇ ਕੁ ਧੋਖੇ ਕਰੀ ਜਾਓਗੇ ਤੁਹਾਡੀ ਪਾਰਟੀ ਦੀ ਗੱਲ ਕਰ ਨਹੀਂ ਜੀ ਇੱਕ ਮਿੰਟ ਇਹਨਾਂ ਦੇ ਮਹਿਲ ਪੈ ਰਹੇ ਨੇ ਜੀ ਸੁੱਖ ਬਿਲਾਸ ਫਾਰਾਗੜੀ ਕਿਲੇ ਬਣ ਰਹੇ ਨੇ ਅਤੇ ਲੋਕ ਗਰੀਬ ਹੋ ਰਹੇ ਨੇ ਜੀ ਭੋਤਨਾ ਪਿੰਡ ਹੈ ਬਰਨਾਲਾ ਜ਼ਿਲ੍ਹੇ ਦਾ ਉੱਥੇ ਇੱਕ ਪਰਿਵਾਰ ਦੇ ਕਿਸਾਨ ਪਰਿਵਾਰ ਦੇ ਚੌਥੀ ਪੀੜ੍ਹੀ ਨੇ ਸੁਸਾਈਡ ਕਰ ਲਿਆ ਪੰਜਵਾਂ ਬੰਦਾ ਉਸ ਪਰਿਵਾਰ ਦਾ ਜਿਹੜਾ ਸੁਸਾਈਡ ਕਰ ਗਿਆ ਸੀ ਪੜਦਾਦੇ ਨੇ ਕਰਜ਼ਾ ਲਿਆ ਪੜਦਾਦੇ ਨੇ ਸੁਸਾਈਡ ਕੀਤਾ ਉਹ ਤੋਂ ਬਾਅਦ ਦਾਦੇ ਨੇ ਕੀਤਾ ਉਹ ਤੋਂ ਬਾਅਦ ਬਾਪੂ ਅਤੇ ਚਾਚੇ ਨੇ ਕੀਤਾ ਉਹ ਤੋਂ ਬਾਅਦ ਪਰਸੋਂ ਲਵਪ੍ਰੀਤ ਜਿਹੜਾ 22 ਸਾਲ ਦਾ ਮੁੰਡਾ ਸੀ ਉਹਨੇ ਕੀਤਾ ਸਾਡੀ ਚੌਥੀ ਪੀੜ੍ਹੀ ਕਿਸਾਨਾਂ ਦੀ ਆਮ ਲੋਕਾਂ ਦੀ ਸੁਸਾਈਡ ਕਰ ਰਹੀ ਹੈ ਕੈਪਟਨ ਅਤੇ ਬਾਦਲ ਆਪਣੀ ਤੀਜੀ ਪੀੜ੍ਹੀ ਨੂੰ ਲਾਂਚ ਕਰ ਰਹੇ ਨੇ ਕੈਪਟਨ ਸਾਹਿਬ ਆਪਣੇ ਦੋਹਤੇ ਨੂੰ ਲਾਂਚ ਕਰ ਰਹੇ ਨੇ ਰਾਜਨੀਤੀ 'ਚ ਸੁਖਬੀਰ ਬਾਦਲ ਆਪਣੇ ਬੇਟੇ ਨੂੰ ਲਾਂਚ ਕਰ ਰਿਹਾ ਇਹਨਾਂ ਦੀਆਂ ਪੀੜ੍ਹੀਆਂ ਪਲ ਰਹੀਆਂ ਸਾਡੀਆਂ ਮਰ ਰਹੀਆਂ ਜੇ ਕੋਈ ਦਿੱਲੀ ਦਾ ਫੌਜੀ ਜਾਂ ਫਿਰ ਦਿੱਲੀ ਦਾ ਕੋਈ ਪੁਲਿਸ ਵਾਲਾ ਡਿਊਟੀ ਦੌਰਾਨ ਸ਼ਹੀਦ ਹੋ ਜੇ 1 ਕਰੋੜ ਰੁਪਏ ਦਾ ਚੈੱਕ ਪਹਿਲੇ ਦਿਨ ਲੈ ਕੇ ਜਾਂਦੇ ਨੇ ਕਿ ਦਿੱਲੀ ਦਾ ਤੁਸੀਂ ਪੰਜਾਬ ਨਾਲ ਕੰਪੈਰੀਜ਼ਨ ਕਿਵੇਂ ਕਰ ਸਕਦੇ ਸਾਡੀ ਸਰਕਾਰ ਹੈ ਉੱਥੇ ਕਿਉਂ ਨਾ ਕਰੀਏ ਅਸੀਂ ਕੰਪੈਰੀਜ਼ਨ ਉਹ ਕੋਈ ਪੂਰਨ ਰਾਜ ਦਾ ਦਰਜਾ ਤੇ ਦਿੱਲੀ ਨੂੰ ਅੱਜ ਤੱਕ ਨਹੀਂ ਮਿਲਿਆ ਜੋ ਤੁਸੀਂ ਮੰਗ ਰਹੇ ਹੋ ਇੱਕ ਮਿੰਟ ਗੱਲ ਸੁਣੋ ਸਰਕਾਰ ਤੁਹਾਡੀ ਇੱਕ ਮਿੰਟ ਅੱਧੇ ਹੱਥ ਕੱਟੇ ਹੋਏ ਨੇ ਨਵਨੀਤ ਤੁਸੀਂ ਮੈਨੂੰ ਕਹਿ ਰਹੇ ਹੋ ਦਿੱਲੀ ਦਾ ਤੁਸੀਂ ਕਿਉਂ ਕਰਦੇ ਹੋ ਪੰਜਾਬ ਨਾਲ ਮੁਕਾਬਲਾ ਦਿੱਲੀ ਸਾਡੀ ਸਰਕਾਰ ਹੈ ਤੁਸੀਂ ਕਦੇ ਮੋਦੀ ਨੂੰ ਪੁੱਛਿਆ ਗੁਜਰਾਤ ਦਾ ਮੁਕਾਬਲਾ ਕਿਉਂ ਕਰਦੇ ਸੀ ਮੁਲਕ ਨਾਲ ਗੁਜਰਾਤ ਦਾ ਮਾਡਲ ਦਿਖਾਉਂਗਾ ਕੋਲ ਕਿਹੜਾ ਗੁਜਰਾਤ ਦਾ ਮਾਡਲ ਝੂਠਾ ਸੀ ਉਹ ਦਿੱਲੀ ਦਾ ਮਾਡਲ ਸੱਚਾ ਹੈ ਤੁਸੀਂ ਦਿੱਲੀ 'ਚ ਰਹਿੰਦੇ ਹੋ ਦੇਖਿਆ ਹੋਣਾ ਸਰਕਾਰੀ ਸਕੂਲਾਂ ਦਾ ਕੀ ਹਾਲ ਹੈ ਕੋਈ ਝੂਠ ਬੋਲ ਰਿਹਾ ਤੂੰ ਦਿੱਲੀ 'ਚ ਰਹਿੰਦੇ ਹੋ ਕੈਪੀਟਲ ਦਾ ਦੇਸ਼ ਦੀ ਠੀਕ ਹੈ ਮਹੱਲਾ ਕਲੀਨਿਕ ਖੁੱਲ੍ਹੇ ਨੇ ਜਿਹੜਾ ਇਲਾਜ ਹੈ ਉਹ ਫਰੀ ਹੈ ਆਰਮੀ ਬਣਾਉਣ ਦੀ ਲੋੜ ਕੀ ਪੈ ਗਈ ਹੈ ਵਾਲੰਟੀਅਰਸ ਹੁੰਦੇ ਨੇ ਇੱਕ ਸੰਗਠਨ ਤਿਆਰ ਕੀਤਾ ਜਾਂਦਾ ਇਹਨੂੰ ਆਰਮੀ ਦਾ ਨਾਮ ਦੇਣਾ ਕਿ ਆਪ ਆਰਮੀ ਤਿਆਰ ਆਰਮੀ ਜਿਹੜੀ ਸਿੰਬੋਲਿਕ ਇੱਕ ਮੈਸੇਜ ਹੈ ਜੀ ਆਰਮੀ ਮੀਨਸ ਡਿਸਪਲਨ ਆਰਮੀ ਮੀਨਸ ਐਨੀ ਟਾਈਮ ਰੈਡੀ ਆਰਮੀ ਮੀਨ ਐਨੀ ਸਿਚੁਏਸ਼ਨ ਰੈਡੀ ਅਸੀਂ ਉਹ ਵਲੰਟੀਅਰ ਜਿਹੜੇ ਪੰਜਾਬ ਲਈ ਡੈਡੀਕੇਟਡ ਨੇ ਹਰ ਵੇਲੇ ਤਿਆਰ ਔਰ ਲੜਾਈ ਲੜਨ ਕਿਸੇ ਵੀ ਉਹ ਤੇ 17 ਤੋਂ ਪਹਿਲੇ ਵੀ ਆਏ ਸੀ ਉਹ 14 ਤੋਂ ਪਹਿਲੇ ਵੀ ਹੈਗੇ ਨੇ ਅੱਜ ਵੀ ਆ ਸਕਦੇ ਨੇ ਉਹ ਆਰਮੀ ਕਿਉਂ ਨਹੀਂ ਸਾਡਾ ਹੈਗੀ ਆਰਮੀ ਸਾਡੀ ਉਹ ਉਸੇ ਆਰਮੀ ਨੇ 1.25 ਲੱਖ ਤੇ ਜਿਤਾਇਆ ਜਨਾਬ ਜਾ ਕੇ ਦੇਖੋ ਕਦੇ ਗਰਾਊਂਡ ਤੇ ਕੱਲੇ 1 ਸੀਟ ਨਾ ਕਿਉਂ ਕੱਲੇ 1 ਸੀਟ ਫਿਰ ਕਿਉਂ ਨਾ ਬਾਕੀ 12 ਸੀਟਾਂ ਦਾ ਕੀ ਕਿ 12 ਸੀਟਾਂ ਮਾਨ ਸਾਹਿਬ ਦੇਖੋ 2017 ਤੋਂ ਬਾਅਦ ਜਾਂ ਮੈਂ ਕਹਾਂ 2014 ਤੋਂ ਬਾਅਦ ਨਹੀਂ ਇੱਕ 17 ਦੀਆਂ ਚੋਣਾਂ ਉਦੋਂ ਤੁਸੀਂ ਕਹਿੰਦੇ ਸੀ 4 ਸੀਟਾਂ ਦਾ ਸੀ 1 ਮਿੰਟ ਤੋਂ ਤੁਸੀਂ ਜਿੱਤੇ ਆ ਗਏ ਉਦੋਂ ਤੁਸੀਂ ਜਿੰਨੇ ਵੀ ਬਾਈ ਇਲੈਕਸ਼ਨ ਜਾਂ ਛੋਟੇ ਇਲੈਕਸ਼ਨ ਹੋਏ ਨੇ ਉਹਨਾਂ ਸਿਚੁਏਸ਼ਨ ਕੀ ਹੈ ਪਾਰਟੀ ਕਿੰਨੇ ਸਾਲ ਪੁਰਾਣੀ ਹੈ 5 ਸਾਲ ਇੰਡੀਆ ਦੀ ਫਾਸਟੈਸਟ ਗਰੋਇੰਗ ਪਾਰਟੀ ਹੈ 1885 ਦੇ ਵਿੱਚ ਕਾਂਗਰਸ ਬਣੀ ਸੀ ਮੈਨੂੰ ਖਤਮ ਕਰ ਲੈਣ 1885 'ਚ ਕਾਂਗਰਸ ਬਣੀ ਸੀ 1930 'ਚ ਪਹਿਲੀ ਕੌਂਸਲਰ ਦੀ ਸੀਟ ਜਿੱਤੀ ਸੀ 48 ਸਾਲਾਂ ਬਾਅਦ ਜਦੋਂ ਮਹਾਤਮਾ ਗਾਂਧੀ ਜੀ ਵੀ ਆ ਗਏ ਸੀ 1958 'ਚ ਜਨਸੰਘ ਬਣਿਆ ਸੀ 1984 ਜਦੋਂ ਸੀਟਾਂ ਜਿੱਤੀਆਂ 26 ਸਾਲ ਬਾਅਦ 2012 'ਚ ਪਾਰਟੀ ਬਣੀ ਹੈ 2 ਵਾਰੀ ਦਿੱਲੀ 'ਚ ਸਰਕਾਰ ਬਣ ਗਈ ਚਾਰ ਸਾਡੇ ਪਹਿਲਾਂ ਪਾਰਲੀਮੈਂਟ ਦੇ ਮੈਂਬਰ ਸੀ ਚਲੋ ਹੁਣ ਇੱਕ ਲਾ ਲਓ ਇੱਕ ਲੋਕ ਸਭਾ ਦਾ 3 ਰਾਜ ਸਭਾ ਦੇ ਮੈਂਬਰ ਨੇ ਕੋਈ ਹੋਰ ਪਾਰਟੀ ਦੱਸੋ ਜਿਹੜੀ 5 ਸਾਲ ਪੁਰਾਣੀ ਹੈ ਅਤੇ ਇੱਦਾਂ ਕਰ ਰਹੀ ਨਹੀਂ ਮੈਂ ਤਾਂ ਪੰਜਾਬ ਦੀ ਗੱਲ ਕਰ ਰਿਹਾ ਮੈਂ ਵੀ ਪੰਜਾਬ ਦੀ ਗੱਲ ਕਰ ਰਿਹਾ ਦਿੱਲੀ ਤਾਂ ਤੁਸੀਂ ਜਿੱਥੇ ਰਾਜ ਹੈ ਸਾਡਾ ਉਹ ਤਾਂ ਬੋਲੋ ਨਾ ਕਹਿੰਦੇ ਉੱਥੇ ਮੈਂ ਤਾਂ ਪੰਜਾਬ ਦੀ ਗੱਲ ਕਰ ਰਿਹਾ ਮੈਂ ਵੀ ਪੰਜਾਬ ਦੀ ਗੱਲ ਕਰ ਰਿਹਾ 2022 ਦੀ ਗੱਲ ਕਰ 2022 ਮੈਂ ਜਿੰਨੇ ਮੈਨੂੰ ਇੰਟਰਵਿਊ ਕਰਨ ਆਉਂਦੇ ਰਹੇ ਉੱਥੇ ਪਹਿਲਾਂ ਤਾਂ ਮੈਂ ਉਹਨਾਂ ਨੂੰ ਇੰਟਰਵਿਊ ਜਦੋਂ ਕਰਦਾ ਸੀ ਨਾ ਮੈਂ ਟਰੱਕ ਦੇ ਉੱਤੇ ਬਿਠਾਉਂਦਾ ਸੀ ਉਹਨੂੰ ਵੀ 47 ਡਿਗਰੀ ਟੈਂਪਰੇਚਰ 'ਚ ਆਓ AC ਸਟੂਡੀਓ 'ਚੋਂ ਬਾਹਰ ਨਿਕਲ ਕੇ ਗਰਾਊਂਡ ਦੇਖੋ ਕੀ ਹੈ ਠੀਕ ਹੈ ਨਾ ਨੰਬਰ 2 'ਤੇ ਮੈਂ ਉਹਨਾਂ ਨੂੰ ਪੁੱਛਦਾ ਸੀਗਾ
ਹੁਣ ਦੱਸੋ ਕੀ ਹੈ ਆਹ ਹਾਲ ਕੀ ਹੈ ਹੈਂ ਮਤਲਬ ਦਿੱਲੀ ਦੀ ਅਸੀਂ ਗੱਲ ਨਹੀਂ ਕਰ ਸਕਦੇ ਪੰਜਾਬ ਦੀ ਗੱਲ ਕਰ ਲੈਂਦੇ ਹਾਂ ਮੈਂ ਕਿਹਾ ਸੀਗਾ 23 ਮਈ ਨੂੰ ਗੱਲ ਕਰਾਂਗੇ ਉਹ ਕਹਿੰਦੇ ਨਹੀਂ ਨਹੀਂ ਹੁਣ ਤੁਹਾਡੀ ਉਹ ਪਹਿਲਾਂ ਵਾਲਾ ਨਹੀਂ ਹੈਗਾ ਹੁਣ ਪਹਿਲਾਂ ਵਾਲੀ ਲਹਿਰ ਕਿੱਥੇ ਗਈ ਮੈਂ ਕਿਹਾ 23 ਮਈ ਨੂੰ ਗੱਲ ਕਰਾਂਗੇ ਨਹੀਂ ਤੁਸੀਂ ਮੇਰੇ ਸੋ ਖਹਿਰਾ ਐਂ ਕਹਿ ਰਹੇ ਮੈਂ ਕਿਹਾ 23 ਮਈ ਨੂੰ ਗੱਲ ਕਰਾਂਗੇ 23 ਮਈ ਨੂੰ ਕੀ ਗੱਲ ਕੀਤੀ ਜੀ ਵੱਡੇ ਸਿਆਸੀ ਪੰਡਿਤ ਵੀ ਬੈਠੇ ਸੀ ਟੀਵੀਆਂ 'ਤੇ ਨਾ ਜੀ ਭਗਵੰਤ ਮਾਨ ਦਾ ਬੜਾ ਮੁਸ਼ਕਿਲ ਹੈ ਜੀ ਤੀਜੇ ਨੰਬਰ 'ਤੇ ਆਊਗਾ ਅਕਾਲੀ ਦਲ ਉੱਥੋਂ ਜਿੱਤੂਗਾ ਇਹ ਸਿਆਸੀ ਪੰਡਿਤ ਕਹਿ ਰਹੇ ਸੀਗੇ ਵੱਡੇ ਚੈਨਲਾਂ ਦੇ ਅਗਲੇ ਦਿਨ ਕਹਿ ਰਹੇ ਸੀ ਕਮਾਲ ਹੋ ਗਿਆ ਹੈ ਇੱਥੇ ਕਿਉਂ ਯਾਰ ਤੁਸੀਂ ਗੈਸ ਕਰੀ ਜਾਂਦੇ ਹੋ ਪਹਿਲਾਂ ਹੀ ਬੈਠੇ ਸਟੂਡੀਓ 'ਚ ਐਂ ਆਜੂਗਾ ਜੀ ਜੀ ਪਬਲਿਕ ਕਰੂਗੀ ਜੀ ਲੋਕਾਂ ਤੋਂ ਵੱਡਾ ਕੋਈ ਨਹੀਂ ਔਰ ਲੋਕ ਕਦੋਂ ਮਨ ਬਣਾਉਂਦੇ ਨੇ ਲੋਕ ਕਾਹਦਾ ਮਨ ਬਣਾਉਂਦੇ ਨੇ ਇਹ ਵੀ ਕੋਈ ਪਤਾ ਨਹੀਂ 2022 'ਚ ਆਹ ਇੰਟਰਵਿਊ ਰਿਪੀਟ ਕਰ ਦਿਓ ਉਦੋਂ ਤੁਸੀਂ ਆਓਗੇ ਤੁਸੀਂ ਕਹੋਗੇ ਜੀ ਆਹ ਕਰਿਸ਼ਮਾ ਕਿਵੇਂ ਹੋ ਗਿਆ ਮੈਂ ਤੈਨੂੰ ਕਿਹਾ ਸੀ ਮੈਂ ਤਾਂ ਕੋਈ ਰਿਸ਼ਮਾ ਨਹੀਂ ਮੰਨਦਾ ਇਹ ਤਾਂ ਪਹਿਲਾਂ ਹੀ ਪਤਾ ਹੈ ਮਾਨ ਸਾਹਿਬ 2.5 ਸਾਲ ਹਾਂਜੀ ਤੁਸੀਂ ਆਰਮੀ ਰਾਹੀਂ ਇਹਨਾਂ ਵਾਲੰਟੀਅਰਸ ਨੂੰ ਡਿਸਿਪਲਿਨ ਦੀ ਗੱਲ ਕਰ ਰਹੇ ਹੋ MLAs ਕਿਹੜਾ ਡਿਸਿਪਲਿਨ ਹੈਗਾ ਕਿਹੜੇ MLA ਜਿਹੜੇ ਥੋੜ੍ਹੇ ਬਹੁਤ ਨਿੱਜੀ ਪਰਸੋਂ ਤੁਹਾਨੂੰ ਚਿੱਠੀ ਮਿਲੀ ਹੋਣੀ ਹੈ ਜਿਹੜੇ ਉਹ ਤਾਂ ਚੱਲਦੀ ਰਹਿੰਦੀ ਹੈ ਚਿੱਠੀ ਨਹੀਂ ਨਹੀਂ ਦੇਖੋ ਜੇ ਤੁਸੀਂ ਡਿਸਿਪਲਿਨ ਦੀ ਗੱਲ ਕਰ ਰਹੇ ਹੋ ਉਹਨੇ ਕੀ ਆਪਣੇ ਪ੍ਰਧਾਨ ਨੂੰ ਚਿੱਠੀ ਲਿਖੀ ਹੈ ਲਿਖ ਨਹੀਂ ਸਕਦੇ ਹੋ ਨਹੀਂ ਤੇ ਉਹੀ ਤਾਂ ਹੀ ਤੇ ਗੱਲ ਕਰ ਆਪਣੇ ਪ੍ਰਧਾਨ ਨੂੰ ਚਿੱਠੀ ਲਿਖੇ ਕਿ ਪਾਰਟੀ ਜਿੱਤ ਹੋਰੇ ਠੀਕ ਕਰ ਲੋ ਕਰ ਲਾਂਗੇ ਮੈਂ ਤਾਂ ਹੀ ਤੇ ਉਹਦੇ ਤੇ ਸਾਡੇ ਪਰਿਵਾਰ ਦੀ ਗੱਲ ਹੈ ਜੀ ਕਰ ਲਾਂਗੇ ਠੀਕ ਤੁਸੀਂ ਇੱਧਰ ਪੁੱਛੋ ਤੁਸੀਂ ਇਹਨਾਂ ਨੂੰ ਪੁੱਛੋ ਨਾ ਅਕਾਲੀ ਦਲ ਨੂੰ ਪੁੱਛੋ ਅਕਾਲੀ ਦਲ ਨੂੰ ਪੁੱਛੋ ਕਰ ਤਾਂ ਅਕਾਲੀ ਦਲ ਨੂੰ ਇਹਨਾਂ ਦਾ ਨਹੀਂ ਹੁੰਦਾ ਹਰੇਕ ਪਾਰਟੀ 'ਚ ਅਪਸ ਐਂਡ ਡਾਊਨ ਚੱਲਦੇ ਨੇ ਠੀਕ ਹੈ ਕੁਝ ਕਾਲੀਆਂ ਭੇਡਾਂ ਆ ਜਾਂਦੀਆਂ ਨੇ ਕੁਝ ਲਾਲਚੀ ਬੰਦੇ ਆ ਜਾਂਦੇ ਆ ਪਾਰਟੀ 'ਚ ਜਦੋਂ ਥੋੜ੍ਹਾ ਜਿਹਾ ਟਾਈਮ ਪੈਂਦਾ ਤਾਂ ਪਛਾਣੇ ਜਾਂਦੇ ਨੇ ਵਕਤ ਨਾਲ ਉਹ ਨਹੀਂ ਚੱਲ ਸਕਦੇ ਲੰਬਾ ਸਮਾਂ ਚਲੇ ਜਾਂਦੇ ਨੇ ਟੈਸਟ ਮੈਚ ਪਲੇਅਰ ਅਤੇ T20 'ਚ ਫਰਕ ਹੈ T20 ਤੁਸੀਂ 15-20 ਬਾਲਾਂ ਖੇਡ ਕੇ ਰਨ ਬਣਾ ਜਾਂਦੇ ਹੋ ਉੱਧਰ ਤੁਹਾਨੂੰ ਪਿੱਚ 'ਤੇ ਟਿਕਣਾ ਪੈਂਦਾ ਸੋ ਟੈਸਟ ਮੈਚ ਮਾਨ ਸਾਹਿਬ ਤੇ ਟਿਕੇ ਬਾਕੀ ਕਿਉਂ ਨਹੀਂ ਟਿਕ ਪਾਏ ਸੀਟਾਂ 4-1 ਹੋ ਗਈ ਹਾਂਜੀ ਵੋਟ ਸ਼ੇਅਰ ਜਿਹੜਾ ਚਲੋ ਵੋਟ ਸ਼ੇਅਰ ਮੈਂ ਕਹਿੰਦਾ ਬਹੁਤਾ ਜ਼ਿਆਦਾ ਨਹੀਂ ਡਿੱਗਿਆ ਸਗੋਂ ਵੋਟ ਸ਼ੇਅਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਫਿਰ ਵੀ ਠਹਿਰਾਵ ਹੈ ਮੇਰਾ ਕਹਿਣ ਦਾ ਮਤਲਬ ਹੈ ਕਿ ਤੁਸੀਂ ਬਾਈ ਦਾ ਕਹਿ ਰਹੇ ਹੋ ਕਿ ਇੰਟਰਵਿਊ ਰਿਪੀਟ ਕਰੀਏ ਅਜਿਹਾ ਕਿਹੜਾ ਕਰਿਸ਼ਮਾ ਬਾਈ ਦੇ ਵਿੱਚ ਹੋ ਜੇ ਹੋ ਜੇ ਕਰਿਸ਼ਮਾ ਨਹੀਂ ਜੀ ਗਰਾਊਂਡ 'ਤੇ ਜਾ ਕੇ ਦੇ ਨੂੰ ਉਹ ਰਿਸਪੋਂਸ ਕਿਉਂ ਨਹੀਂ ਮਿਲ ਰਿਹਾ ਕਦੇ ਮੋਦੀ ਨੂੰ ਪੁੱਛਿਆ ਮੋਦੀ ਮੇਰੇ ਲਈ ਜੀ ਕਿਉਂ ਆਉਂਦੇ ਨੇ ਮੋਦੀ ਮੋਦੀ ਸਾਰਾ ਦਿਨ 24 ਘੰਟੇ 5 ਵਜੇ ਹੁਣ ਲਾ ਲਓ ਚੈਨਲ ਜੋਨ ਲੱਗਣਗੇ ਮੋਦੀ ਮੋਦੀ ਐਂ ਲੱਗਦਾ ਅਵਤਾਰ ਪੈਦਾ ਹੋ ਗਿਆ ਕੋਈ ਯਾਰ ਦੂਜੀ ਵਾਰ ਸਰਕਾਰ ਬਣ ਗਈ ਫਿਰ ਕੀ ਹੋ ਗਿਆ ਫਰਿਸ਼ਤੇ ਬਣ ਗਏ ਇਹ ਤੋਂ ਪਹਿਲਾਂ ਕਾਂਗਰਸ ਦੀਆਂ ਕਈ ਵਾਰ ਰਿਪੀਟ ਹੋਈਆਂ ਦੋ ਸਾਲ ਟਰਮਾਂ ਠੀਕ ਹੈ ਤੁਸੀਂ ਅਵਤਾਰ ਪੈਦਾ ਕਰ ਲਿਆ ਯਾਰ ਇਹ ਜੋਨ ਲੱਗਦੇ 5 ਵਜੇ ਤੋਂ ਬਾਅਦ ਹਿੰਦੂ ਮੁਸਲਿਮ ਮੰਦਰ ਮਸਜਿਦ ਕੋਈ ਹੋਰ ਮੁੱਦਾ ਨਹੀਂ ਮੈਗਾ ਸੱਸੇ ਵਾਰਡਰ ਰਵੀਸ਼ ਨੂੰ ਮਿਲਦਾ 1 ਘੰਟੇ ਦੇ ਸ਼ੋਅ ਕਰਦਾ ਬਸ ਸਿਰਫ ਉਹ ਫਰਕ ਹੈ ਜੀ ਉੱਥੇ ਇਹ ਬੋਲਣਾ ਕਈ ਤਾਂ ਆਪਦਾ ਨਾਮ ਹੀ ਕਾਲੀ ਕਾਲੀ 'ਚ ਬੋਲ ਜਾਂਦੇ ਨੇ ਮੈਂ ਹੂੰ ਮੋਤੀ ਸੋਰੀ ਮੇਰਾ ਨਾਮ ਜੇ ਇੰਨਾ ਚੜਿਆ ਹੋਇਆ ਫਤੂਰ ਜਿਹੜਾ ਚੌਥਾ ਪਿੱਲਰ ਹੈ ਉਹ ਕਿਹੜਾ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਸੋ ਸਾਰਾ ਨਹੀਂ ਹੈਗਾ ਮਤਲਬ ਕੁਛ ਪਾਰਟ ਅੱਛਾ ਵੀ ਠੀਕ ਵੀ ਹੈ ਬਟ ਗਿਣਤੀ ਦੇ ਬਾਕੀ ਸਾਰਾ ਤੁਹਾਨੂੰ ਪਤਾ 72 ਸਾਲ 'ਚ ਪਹਿਲੀ ਵਾਰ ਹੋਇਆ ਕਿ ਇੰਡੀਆ ਦਾ ਰੁਪਈਆ ਜਿਹੜਾ ਬੰਗਲਾਦੇਸ਼ ਦੇ ਟਕੇ ਤੋਂ ਕਮਜ਼ੋਰ ਹੋ ਗਿਆ ਇਹ ਕਦੇ ਦਿਖਾਉਂਦੇ ਨਹੀਂ ਮੋਦੀ ਨੂੰ ਦੇਖੀ ਜਾਓ ਮੰਦੀ ਨੂੰ ਨਾ ਦੇਖੋ ਬਸ ਮੋਦੀ ਹੈ ਬਸ ਉਹ ਬੰਦਾ ਜਿੰਨੇ ਗੱਪ ਮਾਰ ਰਿਹਾ ਜਿੰਨੇ ਝੂਠ ਬੋਲ ਰਿਹਾ ਜਿਹੜਾ ਉਹਦੇ ਪਿੱਛੇ ਬੰਦਾ ਖੜਾ ਹੁੰਦਾ SPG ਦਾ ਨਾ ਕਹਿਣਕਾਂ ਵਾਲਾ ਉਹ ਕਹਿੰਦਾ ਹੋਊਗਾ ਹੱਸਦਾ ਯਾਰ ਕਿਆ ਬੰਦਾ ਝੂਠ ਬੋਲੀ ਜਾਂਦਾ ਯਾਰ ਇਹਦੇ ਨਾਲ ਰਹਿੰਦੇ ਹਰ ਵਕਤ ਕਦੋਂ ਮਿਲਿਆ ਸਾਨੂੰ ਆਹ ਬੰਦਾ ਜਿਹੜਾ ਇਹ ਕਹੀ ਐਵੇਂ ਬਣਾਉਂਦੇ ਜੀ ਕੁਛ ਵੀ ਬਣਾਉਂਦੇ ਉਹ ਪਰ ਪੰਜਾਬ ਦੀ ਗੱਲ ਕੌਣ ਕਰੇਗਾ ਜਦੋਂ ਪੰਜਾਬ ਦਾ ਕੁਝ ਵੱਡਾ ਹੁੰਦਾ ਹੈ ਤੇ ਕਹਿੰਦੇ ਕਿ ਮਾਨ ਸਾਹਿਬ ਜਿਹੜੇ ਨੇ ਉਹ ਬੜੀ ਦੇਰੀ ਨਾਲ ਆਉਂਦੇ ਕਿੱਥੇ ਦੇ ਦੱਸੋ ਜੀ ਫਤਿਹਵੀਰ ਵਾਲੀ ਘਟਨਾ ਨੂੰ ਲੈ ਕੇ ਲੋਕਾਂ 'ਚ ਬੜੀ ਨਮੋਸ਼ੀ ਸੀ ਕਿ ਮਾਨ ਸਾਹਿਬ ਦੇਰੀ ਨਾਲ ਆਏ ਟੋਟਲ ਮਾਨ ਸਾਹਿਬ ਦੇਰੀ ਨਾਲ ਆਏ ਤੁਸੀਂ ਹੈਗੇ ਸੀ ਉਸ ਵੇਲੇ ਬਿਲਕੁਲ ਸੀ ਜਿਸ ਵੇਲੇ ਮੈਂ ਗਿਆ ਸੀ ਤੁਸੀਂ ਦੂਜੇ ਦਿਨ ਗਏ ਹੋ ਨਹੀਂ ਕਿਸੇ ਦਿਨ ਗਏ ਸੀ ਦੂਜੇ ਦਿਨ ਮੈਂ ਦਿੱਲੀ ਸੀ ਸਭ ਤੋਂ ਪਹਿਲਾਂ DC ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਮੈਂ ਕਿਹਾ ਤੁਸੀਂ ਗਏ ਕਿਹੜੇ ਦਿਨ ਤੁਹਾਡੇ ਹਲਕੇ ਅਰਲੀ ਮਾਰਨਿੰਗ ਦੂਜੇ ਦਿਨ ਅਰਲੀ ਮਾਰਨਿੰਗ 5 ਵਜੇ ਦਿਨ 5 ਵਜੇ ਅਰਲੀ ਮਾਰਨਿੰਗ ਸਾਡਾ ਪਰਿਵਾਰ ਹੈ ਤੈਨੂੰ ਪਤਾ ਫਤਿਹਵੀਰ ਕੌਣ ਹੈ ਮੇਰੀ ਭੂਆ ਦਾ ਪਿੰਡ ਆ ਉਹ ਮੇਰੇ ਫੁੱਫੜ ਜੀ ਦੇ ਰਿਸ਼ਤੇ ਜਿਹੜੇ ਭਾਈ ਨੇ ਉਹਨਾਂ ਦਾ ਬੇਟਾ ਉਹ ਹੈ ਜੀ ਮੈਂ ਸਵੇਰੇ 5 ਵਜੇ ਗਿਆ ਉਦੋਂ ਹੈ ਨਹੀਂ ਸੀ ਮੀਡੀਆ ਉੱਤੇ ਔਰ ਨਾ ਹੀ ਮੈਂ ਮੀਡੀਆ ਵਾਸਤੇ ਗਿਆ ਸੀ ਉੱਤੇ ਠੀਕ ਹੈ ਨਾ ਮੈਂ ਪਰਨਾ ਬੰਨਿਆ ਹੋਇਆ ਸੀ ਮੈਂ ਦਿੱਲੀ ਤੋਂ ਸਿੱਧਾ 2 ਵਜੇ ਚੱਲਿਆ ਸਿੱਧਾ ਉੱਥੇ ਫਤਿਹਵੀਰ ਦੇ ਪਿੰਡ ਗਿਆ ਸੀ ਉੱਥੇ ਮੈਂ ਸਾਰਾ ਕੁਛ ਹਰ 15 ਮਿੰਟ ਬਾਅਦ ਮੈਂ SSP ਅਤੇ DC ਨਾਲ ਸੰਪਰਕ ਸੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕਰਕੇ ਮੈਂ ਕਿਹਾ ਜੀ ਉਹ ਫੇਲ ਹੋ ਗਈ ਜਿਹੜੀ ਸਾਡੀ NDRF ਹੈ ਤੁਸੀਂ ਪਲੀਜ਼ ਉੱਥੇ ਆਰਮੀ ਭੇਜੋ ਅਤੇ ਉੱਥੇ ਜਿਹੜੀ 에ਅੰਬੂਲੈਂਸ ਭੇਜੋ ਉਹ ਆਈ ਸੀ ਹਾਲਾਤ ਸੁਧਰਨਗੇ ਜਾਂ ਪੰਜਾਬ ਦਾ ਕਿਸਾਨ ਸ਼ਾਇਦ ਆਪਣੀਆਂ ਜ਼ਮੀਨਾਂ ਵੇਚ ਕੇ ਔਰ ਬੱਚਿਆਂ ਨੂੰ ਕਹੇਗਾ ਕਿ ਜਾਓ ਬਾਹਰ ਜ਼ਮੀਨਾਂ ਵੀ ਨਹੀਂ ਵਿਕ ਰਹੀਆਂ ਨਾ ਜ਼ਮੀਨਾਂ ਵੀ ਨਹੀਂ ਵਿਕ ਰਹੀਆਂ ਹੁਣ ਆਹ ਜਿਹੜਾ ਲਵਪ੍ਰੀਤ ਨੇ ਸੁਸਾਈਡ ਕੀਤਾ ਜ਼ਮੀਨ ਵੇਚ ਕੇ ਵੀ ਕਰਜ਼ਾ ਨਹੀਂ ਲੈ ਰਿਹਾ ਅੱਗੇ ਫਿਊਚਰ ਹੀ ਨਾ ਨਜ਼ਰ ਆ ਰਿਹਾ +2 ਨੋਨ ਮੈਡੀਕਲ ਕੀਤੀ ਹੋਈ ਸੀ ਇਸ ਮੁੰਡੇ ਨੇ 70+% ਸੀ ਪਿਤਾ ਜੀ ਨੇ ਸੁਸਾਈਡ ਉਸ ਦਿਨ ਕੀਤਾ ਸੀ ਜਿਸ ਦਿਨ ਕੈਪਟਨ ਅਮਰਿੰਦਰ ਨੇ ਮਾਨਸਾ ਕਰਜ਼ਾ ਮਾਫੀ ਦਾ ਪ੍ਰੋਗਰਾਮ ਲਾਂਚ ਕੀਤਾ ਸੀ
वो करके पढ़ाई छड़नी पैगी प्लस टू की, कला ये भाई रह गया। हूँ एक भैन रह गई, एक दादी रह गई, एक माँ रह गई। भैन हजे व्याही नहीं, वो ब्याह का मैं वादा किया, मैं उस कुड़ी के ब्याह से खर्चा कर लवप्रीत का सोसायटी का खर्चा भी नहीं माफ होया, बाकी पिंड के कुछ बंद हो गया वो भी नहीं होया। फिर कैप्टन साहब कि एडा देंगे ने कि जेडे इन्ने लाख करोड़ का कर्जा माफ कितने करता, कद पबलिक गए हो जो निकलते हैं कैप्टन साहब सीधे पहाड़ों में जाते मैदानी इलाके तो गए ही नहीं कभी। ठीक है जी, जे जाते हैं तो मिल नहीं देंगे उन्होंने, परा रखो परा रखो। की गल जी, मुख्यमंत्री साडा उन्होंने मिलता लैन दो, लोगों को मिलने भी नहीं देंगे, डी बना लेंगे एडी उतों कितों गल होगी जी। एम एल ए घुबाए का बेटा एक एस एच ओ, तू रब तो नहीं लग गई, तू एस एच ओ बन गई, तू जूली बिस्तर तैयार कर ला। उस दिन नहीं लगता कैप्टन साहब न कि मेरे अफसर की बेइज्जती हो रही है, मैं परचा करूँ इन्हें। मैं कहना ठीक है बैंस से करता परचा, बैंस साहब अपनी भाषा सुधारनी चाहिए, शायद उन्होंने रिलैस भी हो गया, पर इन्हें भी करो ना। फिर सुखबीर बादल की कहना मैं फलाने आई जी दीसियाँ करा दूंगा, की है वट इज दिस, ये भी तो ड्यूटी बिगन है। ठीक है ना, तो फिर उन्होंने भी परचा करो, सारे तो करो। चलेगा किवें है, चलेगा किवें, कानून मुताबिक चलूगा जी। किसी बंदे का राज नहीं होना चाहिए, कानून का राज होना चाहिए। ठीक है ना, इतने बंदे का राज है, बादल का राज है, हूँ कैप्टन का राज है, दोनों परिवार का राज है, आपस मिले हुए ने। जे तू आ गया मैं तेन कुछ नहीं कहना, जे मैं आ गया तू मैं कुछ नहीं कहना। नतीजा बदल कितने गया फिर, अखीला सवाल वही ले, नतीजे बदल हूँ किन्ने मजबूत आ रहे, हूँ तीजे बदल दिता है, लोग बहुत दुखी ने। मैं असी रोज़ हर रोज़ लखा लोग घट्टो घट्ट नहीं तो मैं मतलब जो एवरेज पा दिए एक दिन 15 to 20,000 लोगों मिल के सौने। ग्राउंड है जोड़ा ग्राउंड नबज, वो नबज़ तो हाथ कहती है, नबज नबज़ कहें कि 2022 के बहुत वड्डी चेंज आ रही है पंजाब, जिहड़ा ऊठ कैमल उन्होंने जो पहले जोड़ते ना खूह से इदा गोल, वो आले दुआले खोपे ला दते हैं ताकि इधर उधर नज़र ना आए। वो ऊठ न जो शाम सारा दिन वो चलता सी खूह चला, तो जो शाम रोकते वो कहता सी, सोचता सी ऊठ बई अज तो बहुत दूर आ गए होवे बई, बड़े तुरे अज तक जो खोपे खोले आते उ खड़े होंगे सी, असी ए घूमी जाने सानू लगता बहुत दूर आ गए होवे उत्थी खड़े जनाब, सानू रस्ते बदलने पैने। चलो उम्मीद की जा सकती है कि पंजाब की जनता के रस्ते बदलने, और जी तुम गल कह रहे हो 2022 के कुछ बदलाव उम्मीद की जा सकती, और पंजाब की जनता जो चाहेगी तो बदलाव होएगा। बहुत बहुत धन्यवाद मान साहब साढ़े नाल जुड़न के लिए। सो भगवंत मान आम आदमी पार्टी के पंजाब के प्रधान मैंबर पार्लीमेंट संगरूर, जो कि बड़े कॉन्फिडेंट ने कि 2022 के पंजाब जो 2017 के इन्नी मजबूती नाल बदल नहीं दे सकी वो देगी, और उन्होंने उम्मीद है कि जो उन्होंने आर्मी हूँ बना रहे हैं वो बड़ी डिसिपलिन होएगी, तो आर्मी की तरह हर वेले तैयार भी होएगी। इजाजत दिओ, धन्यवाद, सत श्री अकाल।